सब तो पहला इमली वाली मिठी चटनी आपां टिक्की ते पावांगे जी, फिर पावांगे हरी चटनी। दो तरीके नाल ही टिक्कियां नूं आपां सर्व करांगे, एक दही नाल ते इक इमली वाली चटनी दे नाल। इस तरीके नाल किन्नियां नरम टिक्कियां बन के तैयार होईयां ने। बहुत ही अलग जे तरीके नाल आपां ये टिक्कियां बनावांगे जी। जिन्ने खर्चे दे विच तुसीं एक प्लेट टिक्कियां दी बाहरों खा के आउणे बाजार दे विच्चों, उन्ने खर्चे दे विच तुसीं पूरा परिवार है जिहड़ियां ये टिक्कियां बना के घर इंजॉय कर सकदे हो। तो बहुत अलग तरीके नाल मैं तुहानूं दस्सूंगी जी टिक्कियां बनाउणियां, वीडियो दे नाल जुड़े रहो जी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਆਲੂ ਟਿੱਕੀ ਚਾਟ ਦੀ ਰੈਸਪੀ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ। ਤੇ ਵੀਡੀਓ ਜੀ ਬਹੁਤ ਛੋਟੀ ਜੀ ਹੈ, ਬਹੁਤ ਆਸਾਨ ਜਿਹੇ ਤਰੀਕੇ ਨਾਲ ਜਿਹੜੀ ਆਪਾਂ ਤੁਹਾਨੂੰ ਟਿੱਕੀ ਬਣਾਉਣੀ ਦੱਸਾਂਗੇ। ਤੇ ਤੁਸੀਂ ਪਹਿਲਾਂ ਕਦੇ ਇਸ ਤਰੀਕੇ ਦੀ ਬਣੀ ਹੋਈ ਟਿੱਕੀ ਸ਼ਾਇਦ ਹੀ ਕਦੇ ਖਾਧੀ ਹੋਊਗੀ, ਪਹਿਲਾਂ ਕਦੇ ਨਹੀਂ ਖਾਧੀ ਹੋਣੀ। ਤੇ ਚਲੋ ਜੀ ਫਿਰ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਹਾਂ। ਵੀਡੀਓ ਦੇ ਨਾਲ ਬਣੇ ਰਹੋ ਜੀ, ਦੋ ਤਰੀਕੇ ਨਾਲ ਆਪਾਂ ਸਰਵ ਕਰਾਂਗੇ ਟਿੱਕੀ ਨੂੰ। ਤੇ ਜੇਕਰ ਵੀਡੀਓ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ, ਵੱਧ ਸ਼ੇਅਰ ਕਰਿਓ ਜੀ, ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਤੇ ਇੱਥੇ ਹੈਗੇ ਜੀ ਮੇਰੇ ਕੋਲੇ 6-7 ਆਲੂ। ਆਲੂਆਂ ਨੂੰ ਮੈਂ ਉਬਾਲ ਕੇ ਠੰਡਾ ਕਰ ਲਿਆ। ਆਲੂ ਨੂੰ ਤੁਸੀਂ ਜ਼ਿਆਦਾ ਨਾ ਉਬਾਲਿਓ ਵੀ ਜਦੋਂ ਇਹ ਟਿੱਕੀ ਬਣਾਉਣੀ ਹੋਈ, ਹਲਕੇ ਜਿਹੇ ਉਬਲੇ ਹੋਏ ਆਲੂ ਯਾਨੀ ਕਿ ਹੋਣੇ ਚਾਹੀਦੇ, ਤੇ ਹਲਕੇ ਜਿਹੇ ਜਿਹੜੇ ਸਖਤ ਹੋਣੇ ਚਾਹੀਦੇ ਆ। ਤੇ ਆਲੂਆਂ ਨੂੰ ਆਪਾਂ ਚੰਗੇ ਤਰੀਕੇ ਨਾਲ ਮੈਸ਼ ਕਰ ਲਾਂਗੇ ਜੀ, ਮੈਸ਼ ਕਰਨਾ। ਤੇ ਆਲੂਆਂ ਨੂੰ ਜੀ ਚੰਗੇ ਤਰੀਕੇ ਨਾਲ ਆਪਾਂ ਮੈਸ਼ ਕਰ ਲਿਆ। ਦੇਖੋ ਬਿਲਕੁਲ ਡਰਾਈ ਆਲੂ ਆ ਇਹ। ਇਸ ਤਰੀਕੇ ਨਾਲ ਜਦੋਂ ਤੁਸੀਂ ਠੰਡੇ ਕਰੋਗੇ ਨਾ ਆਲੂਆਂ ਨੂੰ ਉਬਾਲ ਕੇ, ਤੇ ਫਿਰ ਇਸ ਤਰੀਕੇ ਦਾ ਹੀ ਟੈਕਸਚਰ ਹੋਊਗਾ ਆਲੂਆਂ ਦਾ, ਯਾਨੀ ਕਿ ਪੇਸਟ ਇਸ ਤਰੀਕੇ ਦੀ ਬਣੂਗੀ। ਜੇ ਤੁਸੀਂ ਆਲੂਆਂ ਨੂੰ ਜ਼ਿਆਦਾ ਉਬਾਲ ਲਓਗੇ ਜਾਂ ਆਲੂ ਗਰਮ ਹੋਣਗੇ, ਫਿਰ ਇੱਕ ਤਾਂ ਟਿੱਕੀ ਬਣਾਉਣ ਲੱਗੇ ਆਪਾਂ ਨੂੰ ਦਿੱਕਤ ਆਊਗੀ, ਟਿੱਕੀ ਦੀ ਸ਼ੇਪ ਨਹੀਂ ਸਹੀ ਬਣਨੀ। ਤੇ ਇੱਕ ਜਿਹੜੀ ਟਿੱਕੀ ਉਹਦੇ ਵਿੱਚ ਜਿਵੇਂ ਹੁਣ ਆਪਾਂ ਕੋਰਨ ਫਲੋਰ ਜਾਂ ਆਪਾਂ ਕੋਈ ਚੌਲਾਂ ਦਾ ਆਟਾ ਇਸ ਤਰ੍ਹਾਂ ਦੀ ਕੋਈ ਚੀਜ਼ ਯਾਨੀ ਕਿ ਆਟਾ ਐਡ ਕਰਦੇ ਹਾਂ ਤਾਂ ਉਹ ਜ਼ਿਆਦਾ ਲੱਗੂਗਾ, ਤੇ ਫਿਰ ਜੋ ਜ਼ਿਆਦਾ ਪਾਵਾਂਗੇ ਆਪਾਂ ਫਿਰ ਟਿੱਕੀ ਦਾ ਟੇਸਟ ਨਹੀਂ ਵਧੀਆ ਆਉਣਾ। ਇਸ ਕਰਕੇ ਆਲੂਆਂ ਨੂੰ ਜ਼ਰੂਰ ਠੰਡਾ ਕਰ ਲਿਓ ਤੇ ਆਪਾਂ ਇਹਨਾਂ ਨੂੰ ਮੈਸ਼ ਕਰ ਲਿਆ, ਥੋੜ੍ਹਾ ਜਿਹਾ ਹੋਰ ਮੈਸ਼ ਕਰ ਲੈਂਦੇ ਹਾਂ ਚੰਗੇ ਤਰੀਕੇ ਨਾਲ ਵੀ ਕੋਈ ਵੀ ਟੁਕੜਾ ਨਾ ਰਵੇ ਵਿੱਚ। ਤੇ ਆਲੂਆਂ ਨੂੰ ਚੰਗੇ ਤਰੀਕੇ ਨਾਲ ਜੀ ਆਪਾਂ ਮੈਸ਼ ਕਰ ਲਿਆ, ਇਸ ਤਰੀਕੇ ਦੇ ਖੁੱਲ੍ਹੇ ਬਰਤਨ ਦੇ ਵਿੱਚ ਕੱਢ ਲਿਓ ਵੀ ਚੰਗੇ ਤਰੀਕੇ ਨਾਲ ਆਪਾਂ ਨੂੰ ਟਿੱਕੀਆਂ ਦਾ ਮਿਕਸਚਰ ਬਣਾਉਣਾ ਆਸਾਨ ਹੋ ਜੇ। ਇਹਦੇ ਵਿੱਚ ਆਪਾਂ ਪਾਵਾਂਗੇ ਜੀ ਬਿਲਕੁਲ ਥੋੜ੍ਹਾ ਜਿਹਾ ਨਮਕ। ਇਹ ਨਮਕ ਹੁਣ ਇੱਥੇ ਮੈਂ ਬਿਲਕੁਲ ਇਸ ਕਰਕੇ ਥੋੜ੍ਹਾ ਜਿਹਾ ਪਾਇਆ ਕਿਉਂਕਿ ਆਪਾਂ ਇਹਦੇ ਵਿੱਚ ਚਣਾ ਦਾਲ ਦਾ ਤੜਕਾ ਬਣਾ ਕੇ ਵੀ ਸ਼ਾਮਿਲ ਕਰਾਂਗੇ, ਜਿਹਦੇ ਨਾਲ ਟਿੱਕੀਆਂ ਜਿਹੜੀਆਂ ਆਪਣੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ। ਤੇ 1 ਚਮਚ ਭਰ ਕੇ ਜੀ ਮੈਂ ਜੀਰੇ ਦਾ ਪਾਉਂਗੀ, ਹੋਰ ਆਪਾਂ ਇਹਦੇ ਵਿੱਚ ਕੋਈ ਚੀਜ਼ ਨਹੀਂ ਪਾਉਣੀਗੀ। ਤੇ ਆਪਾਂ ਇਹਨੂੰ ਮਿਕਸ ਕਰ ਦਿਆਂਗੇ, ਇਹਨੂੰ ਆਪਾਂ ਮਿਕਸ ਕਰਕੇ ਰੱਖ ਦਿੰਦੇ ਹਾਂ ਜੀ ਸਾਈਡ 'ਤੇ, ਉਦੋਂ ਤੱਕ ਆਪਾਂ ਜਿਹੜਾ ਚਨਾ ਦਾਲ ਤੜਕਾ ਉਹ ਤਿਆਰ ਕਰ ਲੈਂਦੇ ਹਾਂ। ਅਤੇ ਚੁੱਲ੍ਹੇ 'ਤੇ ਰੱਖ ਲਈ ਜੀ ਆਪਾਂ ਕੜਾਹੀ, ਅਤੇ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ, ਤੁਸੀਂ ਘਿਓ ਵੀ ਵਰਤ ਸਕਦੇ ਹੋ, ਰਿਫਾਇੰਡ ਤੇਲ ਵੀ ਵਰਤ ਸਕਦੇ ਹੋ। ਤਾਂ ਜੀ ਆਪਾਂ ਤੇਲ ਨੂੰ ਜਿਹੜਾ ਪਹਿਲਾਂ ਗਰਮ ਕਰ ਲਾਂਗੇ, ਅਤੇ ਤੇਲ ਗਰਮ ਹੋ ਗਿਆ ਜੀ। ਹੁਣ ਇਹ ਮੈਂ ਅਦਰਕ ਅਤੇ ਹਰੀ ਮਿਰਚ ਦਾ ਜਿਹੜਾ ਪੇਸਟ ਬਣਾਇਆ ਸੀ ਇਹ ਐਡ ਕਰ ਦਿਆਂਗੇ, 1 ਹਰੀ ਮਿਰਚ ਹੈ ਅਤੇ ਥੋੜ੍ਹਾ ਜਿਹਾ ਅਦਰਕ ਹੈ। ਇਹਨੂੰ ਹਲਕਾ ਜਿਹਾ ਭੁੰਨਾਂਗੇ ਜੀ, ਆਪਾਂ ਨੂੰ ਬਸ 30 ਸਕਿੰਟ ਲੱਗਣਗੇ ਯਾਨੀ ਕਿ ਅੱਧਾ ਕੁ ਮਿੰਟ ਲੱਗੂਗਾ, ਅਤੇ ਮੀਡੀਅਮ ਜੀ ਫਲੇਮ ਰੱਖਿਓ ਤੁਸੀਂ। ਅਤੇ ਇੱਥੇ ਜੀ ਮੇਰੇ ਕੋਲ ਹੈਗੇ ਆ ਇਹ ਦਲੇ ਹੋਏ ਛੋਲੇ, ਅਤੇ ਇਹਨਾਂ ਨੂੰ ਮੈਂ ਉਬਾਲ ਲਿਆ ਸੀਗਾ, ਉਬਾਲ ਕੇ ਰੱਖ ਲਿਆ, ਭਿਉਣ ਦੀ ਵੀ ਜ਼ਰੂਰਤ ਨਹੀਂ, ਬਸ ਹਲਕਾ ਜਿਹਾ ਇੱਕ ਅੱਧਾ ਉਬਾਲ ਦਵਾ ਦਿਓ ਤੁਸੀਂ, ਅੱਧੀ ਕੌਲੀ ਤੋਂ ਥੋੜ੍ਹਾ ਜਿਹਾ ਜ਼ਿਆਦਾ ਆ ਇਹ। ਅਤੇ ਇਹਨੂੰ ਆ ਜਿਹੜਾ ਆਪਾਂ ਇਸ ਤਰੀਕੇ ਨਾਲ ਹਲਕਾ ਜਿਹਾ ਭੁੰਨ ਲਾਂਗੇ, ਨਾਲੇ ਤਾਂ ਇਹਨਾਂ ਦਾ ਜਿਹੜਾ ਟੇਸਟ ਹੈ ਉਹ ਵਧੀਆ ਆਜੂਗਾ, ਇਹ 'ਚ ਮਸਾਲੇ ਵੀ ਆਪਾਂ ਐਡ ਕਰ ਦਿੰਦੇ ਹਾਂ, ਅਤੇ ਨਾਲੇ ਇਹ ਡਰਾਈ ਹੋ ਜਾਣਗੇ ਟਿੱਕੀ ਦੇ ਵਿੱਚ ਜਦੋਂ ਆਪਾਂ ਐਡ ਕਰਾਂਗੇ ਨਾ, ਤਾਂ ਟਿੱਕੀ ਹੈ ਜਿਹੜੀ ਵਧੀਆ ਕੁਰਕਰੀ ਤਾਂ ਬਣੂਗੀ ਬਣੂਗੀ, ਅਤੇ ਜਿਹੜੀ ਉਹਦੀ ਆਪਾਂ ਸ਼ੇਪ ਬਣਾਵਾਂਗੇ ਟਿੱਕੀ ਦੀ ਉਹ ਵੀ ਆਪਾਂ ਸਹੀ ਤਰੀਕੇ ਨਾਲ ਵਧੀਆ ਬਣਾ ਲਾਂਗੇ। ਅਤੇ ਬਿਲਕੁਲ ਹਲਕਾ ਜਿਹਾ ਜਿਹੜਾ ਆਪਾਂ ਇਹਨੂੰ ਸੇਕ ਲਵਾ ਲਿਆ ਜੀ ਹੁਣ, ਅਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ। ਇਹਨਾਂ ਮਸਾਲਿਆਂ ਦੇ ਵਿੱਚ ਮੇਰੇ ਕੋਲ ਹੈਗਾ ਜੀ ਇਹ ਸੁੱਕੇ ਧਨੀਏ ਦਾ ਪਾਊਡਰ, ਅਤੇ ਹਲਕਾ ਜਿਹਾ ਮੇਰੇ ਕੋਲ ਗਰਮ ਮਸਾਲਾ ਹੈ, ਲਾਲ ਮਿਰਚ ਹੈ, ਕਸ਼ਮੀਰੀ ਲਾਲ ਮਿਰਚ ਹੈ ਇਹ, ਭੁੰਨੇ ਹੋਏ ਜੀਰੇ ਦਾ ਪਾਊਡਰ ਹੈ, ਥੋੜ੍ਹਾ ਜਿਹਾ ਕਾਲਾ ਨਮਕ ਹੈ, ਅਤੇ ਥੋੜ੍ਹਾ ਜਿਹਾ ਚਿੱਟਾ ਨਮਕ ਹੈ। ਨਮਕ ਹੈ ਜਿਹੜਾ ਤੁਸੀਂ ਇੱਕ ਵੀ ਵਰਤ ਸਕਦੇ ਹੋ, ਮਸਾਲੇ ਆ ਜਿਹੜੇ ਮੈਂ ਜਿੰਨੇ ਕਾਲੂਆਂ ਦੀ ਟਿੱਕੀ ਬਣਾ ਰਹੀ ਹਾਂ ਉਸ ਹਿਸਾਬ ਨਾਲ ਹੀ ਇੱਥੇ ਐਡ ਕੀਤੇ ਆ ਜੀ, ਅਤੇ ਸਾਰੇ ਮਸਾਲਿਆਂ ਨੂੰ ਜਿਹੜਾ ਇਸ ਤਰੀਕੇ ਨਾਲ ਆਪਾਂ ਪਕਾ ਲਾਂਗੇ। ਅਤੇ ਹੁਣ ਜੀ ਜਿਹੜਾ ਆਪਾਂ ਛੋਲਿਆਂ ਦੀ ਦਾਲ ਦਾ ਇਹ ਤੜਕਾ ਤਿਆਰ ਕੀਤਾ ਸੀ ਇਹ ਸ਼ਾਮਿਲ ਕਰ ਦਿਆਂਗੇ, ਇਹਦੇ ਵਿੱਚ ਇਹਨੂੰ ਠੰਡਾ ਕਰ ਲਿਆ ਆਪਾਂ, ਠੰਡਾ ਕਰਕੇ ਸ਼ਾਮਿਲ ਕਰਾਂਗੇ। ਅਤੇ ਹੋਰ ਆਪਾਂ ਇਹਦੇ ਵਿੱਚ ਕੋਈ ਮਸਾਲੇ ਨਹੀਂ ਪਾਉਣੇ ਜਿਹੜੇ ਆਪਾਂ ਦਾਲ ਦੇ ਵਿੱਚ ਮਸਾਲੇ ਪਾਏ ਹੈ, ਅਤੇ ਬਸ ਇਹਦੇ ਵਿੱਚ ਇਕੱਲਾ ਆਪਾਂ ਨਮਕ ਅਤੇ ਜੀਰਾ ਸ਼ਾਮਿਲ ਕੀਤਾ ਆਲੂਆਂ 'ਚ, ਇਹੀ ਮਸਾਲਿਆਂ ਨਾਲ ਜਿਹੜੀ ਘੱਟ ਤੋਂ ਘੱਟ ਮਸਾਲਿਆਂ ਨਾਲ ਬਹੁਤ ਵਧੀਆ ਟਿੱਕੀ ਬਣ ਕੇ ਤਿਆਰ ਹੋਊਗੀ, ਅਤੇ ਬਣੂਗੀ ਵੀ ਬਹੁਤ ਟੇਸਟੀ। ਅਤੇ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਨਾਲੇ ਦਾਲ ਨੂੰ ਅਤੇ ਨਾਲੇ ਜਿਹੜੇ ਆਲੂਆਂ ਨੂੰ। ਅਤੇ ਹੁਣ ਜੀ ਇੱਥੇ ਦਾਲ ਅਤੇ ਆਲੂਆਂ ਨੂੰ ਆਪਾਂ ਮਿਕਸ ਕਰ ਲਿਆ, ਹੁਣ ਇੱਥੇ ਤੁਸੀਂ ਨਮਕ ਮਿਰਚ ਵੀ ਚੈੱਕ ਕਰ ਸਕਦੇ ਹੋ, ਜੇ ਥੋੜ੍ਹਾ ਜਿਹਾ ਘੱਟ ਹੋਇਆ ਤਾਂ ਤੁਸੀਂ ਹੋਰ ਐਡ ਕਰਕੇ ਜਿਹੜਾ ਮਿਕਸ ਕਰ ਸਕਦੇ ਹੋ। ਹੁਣ ਇਹ ਹੈਗਾ ਜੀ ਮੇਰੇ ਕੋਲ ਕੋਰਨ ਸਟਾਰਚ, ਅਤੇ ਇਹਦੇ ਆਪਾਂ ਸਿਰਫ 2-2.5 ਚਮਚ ਐਡ ਕਰਾਂਗੇ, ਅਤੇ ਇਸ ਤਰੀਕੇ ਨਾਲ ਇਹਨੂੰ ਮਿਕਸ ਕਰ ਦਿਆਂਗੇ। ਆਪਾਂ ਜ਼ਿਆਦਾ ਨਹੀਂ ਪਾਵਾਂਗੇ ਇੱਕੇ ਵਾਰ 'ਚ ਇਹ, ਕਿਉਂਕਿ ਆਪਾਂ ਨਾ ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਮਿਕਸ ਕਰਦੇ ਜਾਵਾਂਗੇ, ਜਿੰਨੀ ਕੁ ਆਪਾਂ ਨੂੰ ਜ਼ਰੂਰਤ ਮਹਿਸੂਸ ਹੋਈ ਵੀ ਆਪਣੀ ਟਿੱਕੀ ਦੀ ਸ਼ੇਪ ਬਣ ਜਾਏ, ਅਤੇ ਉਨਾ ਕੀ ਆਪਾਂ ਐਡ ਕਰਾਂਗੇ ਇਹਦੇ ਵਿੱਚ।
ਤੇ ਇਸ ਤਰ੍ਹਾਂ ਜੀ ਟਿੱਕੀ ਦਾ ਮਿਕਸਚਰ ਹੈ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ। ਹਲਕੀ ਜੀ ਤੁਸੀਂ ਇਸ ਤਰੀਕੇ ਨਾਲ ਨਾ ਸ਼ੇਪ ਬਣਾ ਕੇ ਟਿੱਕੀ ਦੇ ਜ਼ਰੂਰ ਚੈੱਕ ਕਰ ਲਿਓ ਜੇ ਤੁਹਾਨੂੰ ਲੱਗਿਆ ਵੀ ਸ਼ੇਪ ਬਣ ਨਹੀਂ ਰਹੀ ਟਿੱਕੀ ਦੀ, ਤੇ ਫਿਰ ਤੁਸੀਂ ਇਹਦੇ ਵਿੱਚ ਜਿਹੜਾ ਕੋਰਨ ਸਟਾਰਚ ਹੈ ਉਹ ਹੋਰ ਐਡ ਕਰ ਸਕਦੇ ਹੋ। ਤੇ ਪਹਿਲਾਂ ਜੀ ਹੱਥਾਂ ਨੂੰ ਆਪਾਂ ਗਰੀਸ ਕਰ ਲਾਂਗੇ ਘਿਓ ਜਾਂ ਤੇਲ ਨਾਲ, ਤੇ ਹੁਣ ਆਪਾਂ ਟਿੱਕੀਆਂ ਬਣਾਉਣੀਆਂ ਸਟਾਰਟ ਕਰਦੇ ਹਾਂ। ਜਿੰਨੇ ਜਿੰਨੇ ਸਾਈਜ਼ ਦੀਆਂ ਤੁਸੀਂ ਟਿੱਕੀਆਂ ਜਿਹੜੀਆਂ ਸਰਵ ਕਰਨੀਆਂ ਨੇ ਬਣਾਉਣੀਆਂ ਨੇ ਤੇ ਉਨੀ ਉਨੀ ਬਣਾ ਲਿਓ। ਪਹਿਲਾਂ ਆਪਾਂ ਪੇੜਾ ਕਰ ਲਾਂਗੇ ਇਸ ਤਰੀਕੇ ਨਾਲ। ਤੇ ਇਸ ਤਰ੍ਹਾਂ ਜੀ ਆਪਾਂ ਇੱਕ ਪੇੜਾ ਬਣਾ ਲਿਆ। ਹੁਣ ਹਲਕਾ ਜਿਹਾ ਹੱਥਾਂ ਨਾਲ ਆਪਾਂ ਇਹਨੂੰ ਇਸ ਤਰੀਕੇ ਨਾਲ ਨਾ ਹਥੇਲੀ ਨਾਲ ਫਲੈਟ ਕਰ ਦਿਆਂਗੇ। ਤੇ ਇਸ ਤਰ੍ਹਾਂ ਜੀ ਆਪਾਂ ਸਾਰੀਆਂ ਟਿੱਕੀਆਂ ਜਿਹੜੀਆਂ ਬਣਾ ਬਣਾ ਕੇ ਰੱਖ ਲਾਂਗੇ। ਤੇ ਪਹਿਲਾਂ ਜੀ ਮਿਕਸਚਰ ਦਾ ਆਪਾਂ ਇਸ ਤਰੀਕੇ ਨਾਲ ਪੇੜਾ ਬਣਾ ਲਿਆ। ਹਲਕਾ ਜਿਹਾ ਹੱਥਾਂ ਨਾਲ ਇਹਨੂੰ ਫਲੈਟ ਕਰ ਲਾਂਗੇ ਤੇ ਇਸ ਤਰੀਕੇ ਨਾਲ ਇਹਦੀਆਂ ਸਾਈਡਾਂ ਨੂੰ ਜਿਹੜੀ ਆਪਾਂ ਥੋੜ੍ਹੀ ਜਿਹੀ ਫਿਨਿਸ਼ਿੰਗ ਦੇ ਦਿਆਂਗੇ। ਜਿਹੜੇ ਵੀ ਕ੍ਰੈਕਸ ਹੋਏ ਨਾ ਹਲਕੇ ਜੀ ਆਪਾਂ ਉਹਨਾਂ ਨੂੰ ਸੈੱਟ ਕਰ ਦਿਆਂਗੇ। ਹਲਕਾ ਜਿਹਾ ਫੇਰ ਫਲੈਟ ਕਰ ਦਿਓ ਤੇ ਟਿੱਕੀ ਆਪਣੀ ਬਣ ਕੇ ਬਿਲਕੁਲ ਹੋ ਗਈ ਹੈ ਜੀ ਤਿਆਰ। ਤੇ ਸਾਰੀਆਂ ਟਿੱਕੀਆਂ ਤਿਆਰ ਕਰਕੇ ਜੀ ਆਪਾਂ ਰੱਖ ਲਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਹਾਂ। ਤੇ ਚੁੱਲ੍ਹੇ 'ਤੇ ਜੀ ਆਪਾਂ ਇੱਕ ਪੈਨ ਰੱਖ ਲੈਂਦੇ ਹਾਂ। ਜਿਹੜੀਆਂ ਟਿੱਕੀਆਂ ਨਾ ਬਹੁਤ ਘੱਟ ਤੇਲ ਦੇ ਵਿੱਚ ਬਣਦੀਆਂ, ਤੁਸੀਂ ਸਰ੍ਹੋਂ ਦੇ ਤੇਲ 'ਚ ਬਣਾ ਸਕਦੇ ਹੋ, ਰਿਫਾਇੰਡ ਤੇਲ 'ਚ ਬਣਾ ਸਕਦੇ ਹੋ, ਦੇਸੀ ਘਿਓ 'ਚ ਵੀ ਬਣਾ ਸਕਦੇ ਹੋ, ਤੁਹਾਡੀ ਆਪਣੀ ਇੱਛਾ ਗੀ। ਅਤੇ ਤੁਸੀਂ ਤਵੇ 'ਤੇ ਵੀ ਇਹਨਾਂ ਨੂੰ ਬਣਾ ਸਕਦੇ ਹੋ। ਜ਼ਿਆਦਾ ਇਹ ਨਹੀਂ ਹੁੰਦਾ ਵੀ ਆਪਾਂ ਜ਼ਿਆਦਾ ਤੇਲ ਦੇ ਵਿੱਚ ਇਹਨਾਂ ਨੂੰ ਬਣਾਉਣਾ ਗਾ। ਅਤੇ ਹੁਣ ਆਪਾਂ ਤੇਲ ਆ ਜਿਹੜਾ ਉਹ ਪਾ ਦਿੰਦੇ ਹਾਂ ਪੈਨ ਦੇ ਵਿੱਚ, ਅਤੇ ਹਲਕਾ ਜਿਹਾ ਨੂੰ ਮੀਡੀਅਮ ਜਿਹੀ ਫਲੇਮ 'ਤੇ ਜਿਹੜਾ ਤੇਲ ਨੂੰ ਗਰਮ ਕਰ ਲੈਂਦੇ ਹਾਂ। ਅਤੇ ਤੇਲ ਗਰਮ ਹੋ ਗਿਆ ਜੀ, ਆਪਾਂ ਗਰਮ ਤੇਲ ਦੇ ਵਿੱਚ ਜਿਹੜਾ ਇੱਕ ਇੱਕ ਕਰਕੇ ਸਾਰੀਆਂ ਟਿੱਕੀਆਂ ਨੂੰ ਛੱਡ ਦਿਆਂਗੇ। ਤੇਲ ਨਾ ਘੱਟ ਗਰਮ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਪੈਨ ਵੀ ਘੱਟ ਗਰਮ ਹੋਊਗਾ, ਯਾਨੀ ਕਿ ਅੱਗ ਤੁਸੀਂ ਨਾ ਜ਼ਿਆਦਾ ਮਚਾਈ ਹੋਊਗੀ ਅਤੇ ਇਹਨੂੰ ਗਰਮ ਨਾ ਕੀਤਾ ਹੋਊਗਾ ਤੇਲ ਨੂੰ, ਅਤੇ ਜਿਹੜੀਆਂ ਟਿੱਕੀਆਂ ਉਹ ਥੱਲੇ ਚਿਪਕਣ ਲੱਗ ਜਾਣਗੀਆਂ ਤਲੇ ਦੇ ਨਾਲ ਬਰਤਨ ਦੇ, ਜਿਹਦੇ 'ਚ ਵੀ ਤੁਸੀਂ ਬਣਾਓਗੇ, ਚਾਹੇ ਤਵੇ 'ਤੇ ਬਣਾਓਗੇ, ਚਾਹੇ ਤੁਸੀਂ ਪੈਨ 'ਚ ਜਾਂ ਕੜਾਹੀ 'ਚ ਬਣਾਓਗੇ। ਅਤੇ ਇਹਨਾਂ ਨੂੰ ਪਕਾਉਣ ਵਾਸਤੇ ਜ਼ਿਆਦਾ ਟਾਈਮ ਨਹੀਂ ਲੱਗਣਾ, ਅਤੇ ਇੰਨਾ ਕੁ ਗਰਮ ਦੇਖੋ ਤੇਲ ਹੋਣਾ ਚਾਹੀਦਾ, ਇਸ ਤੋਂ ਘੱਟ ਨਹੀਂ ਹੋਣਾ ਚਾਹੀਦਾ, ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ। ਸਾਰੀਆਂ ਚੀਜ਼ਾਂ ਪੱਕੀਆਂ ਹੋਈਆਂ, ਜਿਹੜੀ ਆਪਾਂ ਛੋਲਿਆਂ ਦਾਲ ਬਣਾਈ ਹੈ ਉਹ ਵੀ ਪੱਕੀ ਹੋਈ ਹੈ, ਅਤੇ ਜਿਹੜੇ ਆਲੂ ਉਹ ਵੀ ਪੱਕੇ ਹੋਏ ਆ, ਬਸ ਆਪਾਂ ਹਲਕਾ ਜਿਹਾ ਇਹਨਾਂ ਨੂੰ ਗੋਲਡ ਨਹੀਂ ਕਰਨਾ ਗਾ। ਅਤੇ ਜਦੋਂ ਆਪਾਂ ਲੱਗਿਆ ਨਾ ਵੀ ਹਲਕੀਆਂ ਜਿਹੀਆਂ ਪੱਕ ਗਈਆਂ, ਤਾਂ ਇਸ ਤਰੀਕੇ ਨਾਲ ਇਹਦੀਆਂ ਸਾਈਡਾਂ ਚੇਂਜ ਕਰ ਦਿਆਂਗੇ, ਬਹੁਤ ਜਲਦੀ ਹੈ ਜਿਹੜੀਆਂ ਇਹ ਗੋਲਡਨ ਹੋ ਜਾਣਗੀਆਂ। ਅਤੇ ਇਸ ਤਰ੍ਹਾਂ ਜੀ ਟਿੱਕੀਆਂ ਜਿਹੜੀਆਂ ਪੱਕ ਕੇ ਤਿਆਰ ਹੋ ਗਈਆਂ, ਦੇਖੋ ਗੋਲਡਨ ਹੋ ਗਈਆਂ ਚੰਗੇ ਤਰੀਕੇ ਨਾਲ। ਅਤੇ ਇਹਨਾਂ ਨੂੰ ਜਿਹੜਾ ਆਪਾਂ ਇੱਕ ਬਰਤਨ ਦੇ ਵਿੱਚ ਆ ਗਰਮ ਗਰਮ ਨੂੰ ਜਿਹੜਾ ਕੱਢ ਲੈਂਦੇ ਹਾਂ, ਸੇਮ ਇਸੇ ਤਰੀਕੇ ਨਾਲ ਦੂਜੀਆਂ ਵੀ ਆਪਾਂ ਬਣਾ ਲੈਂਦੇ ਹੈਗੇ। ਅਤੇ ਹੁਣ ਜੀ ਤਾਂ ਟਿੱਕੀਆਂ ਨੂੰ ਆਪਾਂ ਇਸ ਤਰੀਕੇ ਨਾਲ ਪਕਾ ਰਹੇ ਹਾਂ ਨਾ, ਜੇ ਤਾਂ ਤੁਸੀਂ ਪੈਨ ਦੇ ਵਿੱਚ ਜਾਂ ਤਵੇ ਦੇ ਤੇਲ ਜ਼ਿਆਦਾ ਮੇਰੇ ਵਾਂਗੂ ਇਸ ਤਰੀਕੇ ਨਾਲ ਥੋੜ੍ਹਾ ਜਿਹਾ ਪਾਇਆ ਵੀ ਜਿਹਦੇ ਵਿੱਚ ਟਿੱਕੀਆਂ ਜਿਹੜੀਆਂ ਡੁੱਬ ਜਾਣ, ਫਿਰ ਤਾਂ ਜ਼ਿਆਦਾ ਵਾਰੀ ਤੁਹਾਨੂੰ ਸਾਈਡਾਂ ਪਲਟਣ ਦੀ ਜ਼ਰੂਰਤ ਹੈ ਨਹੀਂ ਗੀ। ਜੇ ਤੁਸੀਂ ਬਿਲਕੁਲ ਘੱਟ ਆਇਲ 'ਚ ਬਣਾਉਣਾ ਚਾਹੁੰਦੇ ਜਾਂ ਘੱਟ ਤੇਲ 'ਚ ਬਣਾ ਰਹੇ ਹੋ, ਫਿਰ ਤੁਸੀਂ ਇਹਦੀਆਂ ਹਲਕੀਆਂ ਹਲਕੀਆਂ ਸਾਈਡਾਂ ਜ਼ਰੂਰ ਪਲਟੀ ਜਾਇਓ ਵੀ ਸਾਰੀਆਂ ਸਾਈਡਾਂ ਤੋਂ ਜਿਹੜੀਆਂ ਟਿੱਕੀਆਂ ਨਾ ਚੰਗੇ ਤਰੀਕੇ ਨਾਲ ਪੱਕ ਜਾਣ, ਚੰਗੇ ਤਰੀਕੇ ਨਾਲ ਜਿਹੜੀਆਂ ਗੋਲਡਨ ਹੋ ਜਾਣ। ਅਤੇ ਆ ਵੀ ਆਪਣੀਆਂ ਟਿੱਕੀਆਂ ਬਣ ਕੇ ਹੋ ਗਈਆਂ ਜੀ ਗਰਮ ਗਰਮ ਤਿਆਰ, ਅਤੇ ਇਹਨਾਂ ਨੂੰ ਵੀ ਆ ਜਿਹੜਾ ਆਪਾਂ ਕੱਢ ਲੈਂਦੇ ਹਾਂ। ਪੂਰੇ ਇਸ ਰੈਸਪੀ ਨੂੰ ਘਰ ਟਰਾਈ ਕਰਿਓ ਜੀ, ਵੀਡੀਓ ਜੇਕਰ ਵਧੀਆ ਲੱਗੀ ਜੀ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਜੀ, ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਹੁਣ ਜੀ ਇੱਥੇ ਮੈਂ ਦੋ ਚਟਨੀਆਂ ਤਿਆਰ ਕਰ ਲਈਆਂ, ਇੱਕ ਮੈਂ ਹਰੀ ਚਟਨੀ ਤਿਆਰ ਕਰ ਲਈ ਪੁਦੀਨੇ ਦੀ ਅਤੇ ਧਨੀਏ ਦੀ, ਥੋੜ੍ਹਾ ਜਿਹਾ ਅਦਰਕ ਅਤੇ ਹਰੀ ਮਿਰਚ ਅਤੇ ਥੋੜ੍ਹੀ ਜਿਹੀ ਦਹੀਂ ਪਾ ਕੇ, ਅਤੇ ਇਹ ਮਿੱਠੀ ਇਮਲੀ ਦੀ ਚਟਨੀ ਮੈਂ ਤਿਆਰ ਕੀਤੀ ਆ। ਇਸ ਚਟਨੀ ਦੀ ਜੇਕਰ ਤੁਸੀਂ ਰੈਸਪੀ ਦੇਖਣੀ ਹੋਈ ਨਾ ਤਾਂ ਤੁਸੀਂ ਮੇਰੀ ਗੋਲ ਗੱਪਿਆਂ ਵਾਲੀ ਵੀਡੀਓ ਦੇਖ ਸਕਦੇ ਹੋ ਜੀ, ਉਹਦੇ ਵਿੱਚ ਮੈਂ ਡਿਟੇਲ 'ਚ ਜਿਹੜੀ ਇਹ ਮਿੱਠੀ ਚਟਨੀ ਬਹੁਤ ਆਸਾਨ ਤਰੀਕੇ ਨਾਲ ਬਣਾਉਣੀ ਹੋਈ ਦੱਸੀ ਹੋਈ ਆ। ਇੱਧਰ ਹੈਗੀਆਂ ਆਪਣੀਆਂ ਗਰਮ ਗਰਮ ਟਿੱਕੀਆਂ, ਅਤੇ ਹੁਣ ਆਪਾਂ ਜਿਹੜਾ ਚਟਨੀ ਨਾਲ ਹੈ ਦੋ ਤਰ੍ਹਾਂ ਦੀ ਨਾਲ ਟਿੱਕੀ ਨੂੰ ਜਿਹੜਾ ਸਰਵ ਕਰ ਲੈਂਦੇ ਹਾਂ ਜੀ। ਅਤੇ ਇੱਕ ਪਲੇਟ ਦੇ ਵਿੱਚ ਜੀ ਤੁਸੀਂ ਜਿੰਨੀਆਂ ਵੀ ਟਿੱਕੀਆਂ ਸਰਵ ਕਰਨੀਆਂ, ਚਾਹੇ ਤਿੰਨ ਚਾਹੇ ਚਾਰ ਚਾਹੇ ਦੋ, ਜਿੰਨੀਆਂ ਵੀ ਤੁਸੀਂ ਖਾਣੀਆਂ ਅਤੇ ਉਨੀਆਂ ਸਰਵ ਕਰ ਸਕਦੇ ਹੋ। ਪਹਿਲਾਂ ਜੀ ਆਪਾਂ ਇਮਲੀ ਦੀ ਮਿੱਠੀ ਚਟਨੀ ਟਿੱਕੀ 'ਤੇ ਪਾਵਾਂਗੇ। ਅਤੇ ਹੁਣ ਪਾਵਾਂਗੇ ਜੀ ਆਪਾਂ ਹਰੀ ਚਟਨੀ ਉੱਪਰੋਂ। ਹਰੀ ਚਟਨੀ ਚਟਪਟੀ ਜੀ, ਯਾਨੀ ਕਿ ਮਿਰਚਾਂ ਵਾਲੀ ਚਟਨੀ ਅਤੇ ਮਿੱਠੀ ਚਟਨੀ ਦਾ ਕੋਂਬੀਨੇਸ਼ਨ ਬਹੁਤ ਵਧੀਆ ਬਣ ਜਾਂਦਾ, ਇਸ ਤਰੀਕੇ ਨਾਲ ਹੈ ਜਿਹੜਾ ਆਪਾਂ ਸਰਵ ਕਰ ਲਾਂਗੇ। ਅਤੇ ਹਲਕਾ ਜਿਹਾ ਚਾਟ ਮਸਾਲਾ ਆਪਾਂ ਉੱਪਰੋਂ ਛਿੜਕ ਲਾਂਗੇ ਜੀ, ਅਤੇ ਬਿਲਕੁਲ ਹੀ ਥੋੜ੍ਹਾ ਜਿਹਾ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਪਾ ਦਿਆਂਗੇ ਜੀ ਉੱਪਰ। ਸੋ ਇਹ ਆਪਣੀ ਪਲੇਟ ਹੈ ਜਿਹੜੀ ਟਿੱਕੀ ਵਾਲੀ ਬਣ ਕੇ ਹੋ ਗਈ ਹੈ ਜੀ ਤਿਆਰ, ਅਤੇ ਇੱਕ ਆਪਾਂ ਦਹੀਂ ਨਾਲ ਵੀ ਸਰਵ ਕਰ ਲੈਂਦੇ ਹਾਂ। ਅਤੇ ਹੁਣ ਜੀ ਆਪਾਂ ਦਹੀਂ ਨਾਲ ਵੀ ਜਿਹੜੀ ਟਿੱਕੀ ਸਰਵ ਕਰ ਲੈਂਦੇ ਹਾਂਗੇ। ਇਸ ਤਰ੍ਹਾਂ ਜੀ ਆਪਾਂ ਜਿਹੜੀ ਮਿੱਠੀ ਦਹੀਂ ਜਿਵੇਂ ਆਪਾਂ ਭੱਲਿਆਂ ਵਾਸਤੇ ਤਿਆਰ ਕਰਦੇ ਹੁੰਦੇ ਹਾਂ ਨਾ, ਉਹ ਪਾ ਦਿਆਂਗੇ ਉੱਪਰ ਟਿੱਕੀਆਂ ਦੇ, ਕਵਰ ਕਰ ਦਿਆਂਗੇ ਬਿਲਕੁਲ ਦਹੀਂ ਨਾਲ। ਥੋੜ੍ਹੀ ਜਿਹੀ ਪਾਵਾਂਗੇ ਜੀ ਆਪਾਂ ਹਰੀ ਚਟਨੀ ਉੱਪਰ,
ਤੇ ਹੁਣ ਜੀ ਮਿੱਠੀ ਚਟਨੀ ਇਮਲੀ ਵਾਲੀ ਆਪਾਂ ਉੱਪਰ ਪਾਵਾਂਗੇ ਇਸ ਤਰੀਕੇ ਨਾਲ। ਦਹੀਂ ਵਾਲੀਆਂ ਟਿੱਕੀਆਂ ਵੀ ਜੀ ਆਪਾਂ ਸਰਵ ਕਰ ਲਈਆਂ, ਤੇ ਇੱਧਰ ਆਪਾਂ ਜਿਹੜੀਆਂ ਚਟਨੀ ਨਾਲ ਬਣਾਈਆਂ ਉਹ ਵੀ ਸਰਵ ਕਰ ਲਈਆਂ। ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਜਿਹੜਾ ਸਜਾ ਸਕਦੇ ਹੋ, ਸਰਵ ਕਰ ਸਕਦੇ ਹੋ।